ਹੁਸ਼ਿਆਰਪੁਰ ਪੁਲਿਸ ਨੇ ਲੁੱਟਖੋਣ ਕਰਨ ਵਾਲੇ ਦੋਨੋਂ ਚਵੰਦਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਕਾਬੂ ਕੀਤੇ ਨੋਚਵਾਨਾਂ ਤੋਂ ਬਤੀਪੋਰਦ ਦਾ ਇੱਕ ਨਜਾਇਜ਼ ਪਿਸਟਲ ਦੋ ਜ਼ਿੰਦਾ ਰੋਂਦੇ ਅਤੇ 1120 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਬੀਤੀ 6 ਫਰਵਰੀ ਨੂੰ ਹੁਸ਼ਿਆਰਪੁਰ ਦੇ ਮੋਹੱਲਾ ਪਗਿਤਨਗਰ ਦੇ ਰਹਿਣ ਵਾਲੇ ਵਿਸ਼ਾਲ ਨਾਮ ਦੇ ਵਿਅਕਤੀ ਤੋਂ ਦੋ ਨੋਚਵਾਨ ਪੰਗੀਪੁਲ ਤੋਂ ਪਿਸਟੋਲ ਦੀ ਨੋਕਤੇ ਅਸੋਨੇ ਦੀ ਚੈਨ ਲੁੱਟ ਕੇ ਫਰਾਰ ਹੋ ਗਏ ਸੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਵੱਖ-ਵੱਖ ਟੀਮਾਂ ਬ ਤੇਸੂ ਰਣ ਲਟਕੋ ਕਰਨ ਵਾਲੇ ਦੋਨੋ ਚਵਾਨਾਂ ਨੂੰ ਕਾਬੂ ਕੀਤਾ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਕਥਿਤ ਦੋਸ਼ੀਆਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਗੋਬਿੰਦਾ ਵਾਸੀ ਪਿੰਡ ਖੱਖਾਂ ਅਤੇ ਹਰਵਿੰਦਰ ਸਿੰਘ ਉਰਫ ਬਿੰਦਰ ਵਾਸੀ ਪਿੰਡ ਕਾਠੇ ਅਧਿਕਾਰੇ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਕਥਿਤ ਦੋਸ਼ੀ ਗੁਰਵਿੰਦਰ ਸਿੰਘ ਉਰਫ ਗੋਬਿੰਦਾ ਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ 'ਚ 9 ਮਾਮਲੇ ਦਰਜ ਨੇ। ਹੁਸ਼ਿਆਰਪੁਰ نیوز ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ 6 ਫਰਵਰੀ ਨੂੰ ਦਿਨ ਮੁੰਡਿਆਂ ਨੇ ਅ ਇੱਕ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਜਦੋਂ ਸੀਆਈਏ ਦੀ ਟੀਮ ਨੇ ਇਹਨਾਂ ਨੂੰ ਅਰੈਸਟ ਕੀਤਾ ਜਿਨ੍ਹਾਂ ਵਿੱਚੋਂ ਦੋ ਅਰੈਸਟ ਹੋਏ ਇੱਕ ਪਹਿਲਾਂ ਪੱਛੂਕਿਆ ਸੀਗਾ ਉਹ ਦੋ ਬੰਦੇ ਇੱਕ ਹੈਗਾ ਗੁਰਵਿੰਦਰ ਉਰਫ ਕੋਬਿੰਦਾ ਤੇ ਦੂਸਰਾ ਹੈ ਬਿੰਦਰ ਇਹ ਦੋਨੋਂ ਹਿਰਾਸਤ ਵਿੱਚ ਲੈ ਲੈ ਵਿੱਚ ਲੈ ਲਏ ਇਹਨਾਂ ਦੇ ਖਿਲਾਫ ਮੁਕੱਦਮਾ 45 46 ਤੇ 47 थाना ਮਾਡਲ ਟਾਊਨ ਦੇ ਵਿੱਚ ਦਰਜ ਰਿਸਟਰ ਹੋਏ ਹੈ ਇਹਨਾਂ ਤੋਂ ਇੱਕ ਰਿਕਵਰ ਹੋਇਆ ਹੈਗਾ 32 ਬੋਜ ਦਾ ਪਿਸਤੌਲ ਪਲੱਸ ਇਹਨਾਂ ਤੋਂ ਸਾਨੂੰ ਇਨਟੌਕਸਿਕੈਂਟ ਟੈਬਲੇਟਸ ਵੀ ਰਿਕਵਰ ਹੋਈਆਂ ਨੇ ਤੇ ਇਹਨਾਂ ਦੇ ਖਿਲਾਫ ਐਂਡੀਪੀਐਸ ਐਕਟ ਦੇ ਵਿੱਚ ਐਫਆਈਆਰ 379 ਬੀ ਸਨੇਚਿੰਗ ਦੇ ਵਿੱਚ ਐਫਆਈਆਰ ਅਤੇ ਤੇ ਇਹਨਾਂ ਦੇ ਖਿਲਾਫ ਆਮ ਜ਼ੈਕ ਦੇ ਤਹਿਤ ਐਫਆਈਆਰ ਵੀ ਦਰਜ ਕੀਤੀ ਗਈਆਂ ਨੇ ਜੋ ਗੁਰਵਿੰਦਰ ਉਸ ਗੁਰਵਿੰਦਾ ਹੈਗਾ ਇਹ ਟਾਂਡੇ ਦਾ ਰਹਿਣ ਵਾਲਾ ਹੈ ਤੇ ਇਸ ਦੇ ਦੇ ਉੱਤੇ ਪਹਿਲਾਂ 9 ਐਫਆਈਆਰਸ ਨੇ ਪਿਛਲੀ ਐਫਆਈਆਰ 2021 ਦੇ ਵਿੱਚ ਸੀ ਇਸ ਦੇ ਜੋ ਐਫ ਆਈ ਆਰਸ ਹੈ ਉਹ 2012 ਤੋਂ ਲੈ ਕੇ 2021 ਤੱਕ ਦੀ ਜਿਹੜੀ 9 ਐਫ ਆਈ ਆਰਸ ਤੁਹਾਨੂੰ ਦੱਸਿਆ ਨੇ ਇਹਨਾਂ ਨੂੰ ਹੁਣ ਅਸੀਂ ਰਿਵਾਰਡ ਤੇ ਲੈ ਲਿਆ ਹੈਗਾ ਤੇ ਇਹਨਾਂ ਤੇ ਹੁਣ ਅਸੀਂ ਹੋਰ ਪੁੱਛਕਿਛ ਕਰਕੇ ਤੇ ਅੱਗੇ ਤੋਂ ਅੱਗੇ ਤਹ ਤੱਕ ਜਾਵਾਂਗੇ ਕਿ ਇਹ ਹੋਰ ਕਿਸ ਕਿਸ ਐਕਟੀਵਿਟੀਜ਼ ਵਿੱਚ ਇਨਵੋਲਡ ਨੇ ਤਾਂ ਕਿ ਇਸ ਚੀਜ਼ ਤੇ ਠਲ ਪਾਈ ਜਾ ਸਕੇ ਸਰ ਮੋੜਾ ਜੀ ਗੱਲ ਕਰ ਰਹੇ ਤੁਸੀਂ ਲੱਗਿਆ ਪਤਾ ਨਹੀਂ ਜੀ ਅਸਲਾ ਇਹ ਲਾਇਸੈਂਸ ਹੀ ਨਹੀਂ ਸੀਗਾ ਦੂਸਰਾ ਦੂਸਰਾ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਜਿਹੜਾ ਮੋਟਰਸਾਈਕਲ ਵਗੈਰਾ ਹੈਗਾ ਉਹ ਵੀ ਅਸੀਂ ਰਿਕਵਰ ਕੀਤਾ ਆਏਗਾ ਤੇ ਅਸੀਂ ਇਸ ਦੇ ਵਿੱਚ ਹੋਰ ਵੀ ਅੱਗੇ ਕਾਰਵਾਈ ਕਰਾਂਗੇ ਸਰ ਮੁੱਢਲੀ ਜਾਣਕਾਰੀ ਦੌਰਾਨ ਕੋਸ਼ਿਸ਼ ਜਰਨ ਲੱਗਿਆ ਪਤਾ ਕਿੰਨੀਆਂ ਗੱਲ ਤੱਕ ਸਨੇਚਿੰਗ ਦੇ ਘਟਨਾਵਾਂ ਨੂੰ ਨਾ ਕੋਲ ਅੰਜਾਮ ਦਿੱਤਾ ਗਿਆ ਇਹਨਾਂ ਵੀ ਜਿਹੜੀ ਇਹਨਾਂ ਦੀ ਐਫ ਆਈ ਆਰ ਸਗੀ ਉਸ ਦੇਖਾਂਗੇ ਉਹਦੇ ਸਨੇਚਿੰਗ ਲੜਾਈ ਝਗੜੇ ਤੇ ਇਵਨ ਐਨ ਡੀ ਪੀ ਐਸ ਐਕਟ ਦੀਆਂ ਐਫ ਆਈ ਆਰਸ ਨੇ ਤੇ ਇਹ ਜਿਹੜਾ ਹੋਰ ਤਫਤੀਸ਼ ਦਾ ਦਾ ਅਸੀਂ ਵਿਸ਼ਾ ਹੈਗਾ ਕਿ ਇਹਨਾਂ ਨੇ ਹੋਰ ਕਿਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹ ਵੀ ਅਸੀਂ ਅੱਗੇ ਆਪਣੀ ਤਫਤੀਸ਼ ਲੈ ਕੇ ਆਵਾਂਗੇ ਸਰ ਇੱਕ ਦੇਖਣ ਨੂੰ ਆਇਆ ਕਿ ਅਸਲਾ ਇਹਨਾਂ ਨੂੰ ਆਹਾਂਗਾਂ ਮਿਲ ਜਾਂਦਾ ਹੈ ਇੱਕ ਤੋਂ 59 ਤੱਕ ਕਿਉਂ ਨਹੀਂ ਜਾਂਦੀ ਇੱਥੋਂ ਅਸਲਾ ਲੈ ਕੇ ਆਉਂਦੇ ਨੇ ਕੁਝ ਤੁਸੀਂ ਦੇਖੋਗੇ ਕਿ ਹਾਲ ਫਿਲਹਾਲ ਦੇ ਵਿੱਚ ਪੰਜਾਬ ਪੁਲਿਸ इवन ਮੱਧਿਆ ਪ੍ਰਦੇਸ਼ ਤੱਕ ਜਿਹੜਾ ਇਹ ਕੋਈ ਡਰਗ ਇਹ ਪਿਸਤੌਲ ਜਾਂ ਫਿਰ ਕੋਈ ਨਜਾਇਜ਼ ਅਸਲਾ ਸਮਗਲ ਕਰਨ ਦੀ ਕੋਈ ਬੈਕਬੋਨ ਸੀ ਕੋਈ ਉਹਨਾਂ ਦਾ ਕੋਈ ਮਾਫੀਆ ਚੱਲ ਰਿਹਾ ਸੀ ਉਸ ਤੱਕ ਵੀ ਗਈ ਹੈ ਉੱਥੇ ਵੀ ਐਫ ਆਈ ਆਰਸ ਹੋਈਆਂ इवन ਯੂਪੀ ਤੱਕ ਗਏ ਨੇ ਤੇ ਅਸੀਂ ਵੀ ਐ ਲਿੰਕੇਜਸ ਟ੍ਰੇਸ ਕਰਕੇ ਜਿੱਥੇ ਤੱਕ ਵੀ ਇਸ ਦੀ ਬੈਕਵਰਡ ਲਿੰਕੇਜ आएगी ਉੱਥੇ ਤੱਕ ਅਸੀਂ ਇਹਨੂੰ ਪਿੱਛੇ ਜਾ ਕੇ ਉਸ ਨੂੰ ਵੀ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰਾਂਗੇ ਸਰ ਇਹ ਵਪਨ ਕਿਵੇਂ ਯੂਜ਼ ਵੀ ਕੀਤਾ ਗਿਆ ਨਹੀਂ ਹਲੇ ਨਹੀਂ ਹੋਇਆ ਟਰਾਈਲ ਇਸ ਹੈ ਕੋਈ ਸਜ਼ਾ ਵਗੈਰਾ ابھی ਹੋਈ ਨਹੀਂ ਨੋ ਕਿਸੇ ਫਿਲਹਾਲ ਜੋ ਇਹਨਾਂ ਨੇ ਦੱਸਿਆ ਹੈ ਉਹ ਅੰਡਰ ਟ੍ਰਾਇਲ ਹੈ ਬਾਕੀ ਲੇਕਿਨ ਅਸੀਂ ਪ੍ਰੋਪਰ ਕੋਰਟ ਦੇ ਵਿੱਚੋਂ ਇਹਨਾਂ ਦਾ ਰਿਕਾਰਡ ਹਾਸਲ ਕਰ ਰਹੇ ਹਾਂ